ਮਤਲਬ ਇੱਕਦਮ ਹੀ ਸਾਰਾ ਕੁਛ ਨਾ ਇੱਕ ਥੋੜ੍ਹੇ ਜਿਹੇ ਚਿਰ 'ਚ ਸਟਾਰਟ ਹੋ ਗਿਆ ਇਹ ਅਤੇ ਫਿਰ ਅਸੀਂ ਉੱਥੇ ਟਿਮ ਹੋਰਟਨ 'ਤੇ ਮਿਲੇ ਇਹ ਮੈਨੂੰ ਐਂ ਕਹੀ ਜਾਣਾ ਵੀ ਵੀ ਕੁਛ ਬੋਲਿਆ ਕਰ ਵੀ ਥੱਲੇ ਮੂੰਹ ਕਰ ਲੈਣਾ ਕਿ ਵੀ ਇੱਦਾਂ ਕਰਕੇ ਹੁਣ ਘਰ ਦੇ ਰਿਸ਼ਤੇ ਦੀ ਗੱਲ ਕਰਦੇ ਆ ਵੀ ਮੈਂ ਕਿਹਾ ਉਹਨਾਂ ਨੇ ਮੈਂ ਕਹਿਤਾ ਵੀ ਦੇਖ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਕਰ ਦਿਓ ਇੱਦਾਂ ਹੀ ਬਸ ਗੱਲਾਂ ਗੱਲਾਂ ਇਹ ਜੀ ਮੈਂ ਪ੍ਰਪੋਜ਼ ਕਰਤਾ ਉਹ ਕਹਿੰਦੀ ਵੀ ਐਂ ਜੇ ਜੇ ਮੁੰਡਾ ਹੋਵੇ ਕੋਈ ਮੈਂ ਕਹਿਤਾ ਮੈਂ ਕਿਹਾ ਹਾਂ ਠੀਕ ਹੈ ਵੀ ਜੇ ਇਹੋ ਜਿਹੀ ਕੁੜੀ ਜੇ ਹੋਵੇ ਵੀ ਮੈਂ ਵੀ ਕਰਾ ਲਾਂ ਵਿਆਹ ਮੈਂ ਕਿਹਾ ਵੀ ਕਿਉਂ ਐਵੇਂ ਮਜ਼ਾਕ ਕਰੀ ਜਾਂਦੇ ਹੋ ਆਪਾਂ ਕਿਹੜਾ ਵੀ ਇਹੋ ਜਿਹੀ ਗੱਲ ਕੋਈ ਸੀਰੀਅਸ ਆ And our father's spoken, and this life we've chosen will help us follow your plan. And I can't profess that I understand it, but I see me holding your hand. Heaven made your hand to complement my hand, like heaven made my heart to complement your heart. Heaven gave you love to complement my love, so one day we will love way that God intended for us. Make these hearts entwine with yours, Jesus, lead the way. What we've seen, all that we've learned, built up to this day. Our Father's spoken, and this life we've chosen will help us follow your plan. And I can't profess that I understand it, but I see me holding your hand. Here we are, we found the day like we'd always pray. ਜਾਣਦੇ ਤਾਂ ਅਸੀਂ ਬਹੁਤ ਟਾਈਮ ਦੇ ਹਾਂ, ਜਾਣਦੇ ਤਾਂ ਅਸੀਂ ਸਕੂਲ ਤੋਂ ਜਾਣਦੇ ਹਾਂ, ਸਿਕਸਥ ਨਹੀਂ ਮੇ ਬੀ ਸੈਵਨਥ ਸਿਕਸਥ ਕਲਾਸ ਤੋਂ ਇਕੱਠੇ ਪੜ੍ਹਦੇ ਹਾਂ, ਬਟ ਉਦੋਂ ਸਾਡੀ ਕੋਈ ਆਪਸ 'ਚ ਇੰਟਰੋਡਕਸ਼ਨ ਨਹੀਂ ਹੋਈ, ਬਟ ਲੇਟਰ ਔਨ ਸੈਵਨਥ 'ਚ ਜਾ ਕੇ ਅਸੀਂ ਇੱਕ ਦੂਸਰੇ ਦੇ ਅੱਗੇ ਪਿੱਛੇ ਬੈਠਦੇ ਹੁੰਦੇ ਸੀ, ਸਿਕਸਥ ਤੋਂ ਪਲੱਸ ਵਨ ਤੱਕ ਪੜ੍ਹੇ, ਇਸ ਤੋਂ ਬਾਅਦ ਟੈਂਥ ਤੋਂ ਬਾਅਦ ਫਿਰ ਅਸੀਂ ਅਲੱਗ ਅਲੱਗ ਸਕੂਲ 'ਚ ਚੱਲ ਗਏ, ਦੈਨ ਇਸ ਤੋਂ ਬਾਅਦ ਲੇਟਰ ਔਨ ਇਹਨਾਂ ਨੇ ਆਪਦੀ ਡਿਗਰੀ ਕੀਤੀ ਅਤੇ ਮੈਂ ਕੈਨੇਡਾ ਚਲੀ ਗਈ, ਬਟ ਵੈਸੇ ਫੇਸਬੁੱਕ 'ਤੇ ਥੋੜ੍ਹੀ ਬਹੁਤ ਗੱਲਬਾਤ ਹੁੰਦੀ ਸੀ, ਹੈਲੋ ਹਾਏ, ਬਟ ਖਾਸ ਨਹੀਂ ਹੁੰਦੀ ਸੀ, ਫਿਰ ਬਸ ਉਦੋਂ ਬਾਅਦ ਮਿਲੇ ਹਾਂ ਅਸੀਂ 2016 'ਚ। I've been walking down this road, and on my own, and on my own. I've been searching, to find my way, to find the path you've been traveling on. ਵੈਸੇ ਇਹਨਾਂ ਦੀ ਜ਼ਿਆਦਾ ਗੱਲਬਾਤ ਮੇਰੀ ਬੈਸਟ ਫਰੈਂਡ ਭਾਵਜੋਤ ਦੇ ਨਾਲ ਹੁੰਦੀ ਸੀਗੀ, ਉਹਨੂੰ ਕਹਿੰਦੇ ਸੀਗੇ, ਫਿਰ ਉਹ ਬਿਜ਼ੀ ਹੁੰਦੀ ਸੀ ਕੰਮ 'ਤੇ, ਉਦੋਂ ਮੈਂ ਫ੍ਰੀ ਹੁੰਦੀ ਸੀ ਥੋੜ੍ਹਾ ਜਿਹਾ, ਤਾਂ ਮੈਨੂੰ ਵੀ ਫੋਨ ਕਰ ਲੈਂਦੇ ਹੁੰਦੇ ਸੀ ਵਿੱਚ ਵਿੱਚ, ਇਕੱਠੇ ਰਹਿੰਦੇ ਸੀਗੇ ਬਸ ਉੱਥੇ, ਮੈਂ ਗਿਆ ਸੀ ਟੋਰਾਂਟੋ, ਉੱਦਾਂ ਹੀ ਉੱਥੇ ਇੱਥੋਂ ਜਾ ਕੇ ਇੱਕ ਵਾਰੀ ਜਿਵੇਂ
ਜੀਜਾ ਨਹੀਂ ਲੱਗ ਰਿਹਾ ਸੀਗਾ ਹੁਣ ਤੇ ਗੱਲਬਾਤ ਹੋਈ ਕਹਿੰਦੇ ਮੇਰਾ ਦਿਲ ਨਹੀਂ ਲੱਗਦਾ ਇੱਥੇ ਵੀ ਇੱਧਰ ਮੇਰੇ ਫਰੈਂਡਸ ਵੀ ਨਹੀਂ ਹੈਗੇ ਫਿਰ ਉਹਨਾਂ ਨੇ ਕਿਹਾ ਵੀ ਚਲੋ 4-5 ਦਿਨਾਂ ਲਈ ਆ ਜਾਓ ਇੱਧਰ ਆ ਕੇ ਦੇਖ ਲਓ ਕਿਵੇਂ ਲੱਗਦਾ ਉੱਥੇ ਜਦੋਂ ਜਾ ਕੇ ਮਿਲੇ ਹਾਂ ਉੱਥੇ ਬਸ ਮਾਲ ਖੁੱਲਿਆ ਸੀਗਾ ਨਵਾਂ ਇੱਕ ਇਹ ਵੀ ਨਹੀਂ ਗਏ ਸੀ ਹਜੇ ਇਹ ਤਾਂ ਇਹਦੀ ਫਰੈਂਡ ਸੀਗੀ ਬਵਜੋਤ ਅਤੇ ਮੇਰਾ ਫਰੈਂਡ ਸੀਗਾ ਨਵਜੋਤ ਮੈਂ ਕਿਹਾ ਚੱਲ ਆ ਜਾ ਵੀ ਆਪਾਂ ਮਿਲ ਕੇ ਆਉਂਦੇ ਹਾਂਗੇ ਵੀ ਚੱਲਦੇ ਹਾਂ ਇਕੱਠੇ ਕਿਤੇ ਕਿਉਂਕਿ ਮੈਂ ਇਹਨਾਂ ਨੂੰ ਹੀ ਸਾਰਿਆਂ ਨੂੰ ਮਿਲਣ ਆਇਆ ਸੀਗਾ ਵੀ ਜੀਜਾ ਨਹੀਂ ਲੱਗਦਾ ਚਲੋ ਮਿਲੇ ਆਉਂਦੇ ਹਾਂ ਹੈ ਨਾ ਸਾਰਿਆਂ ਨੂੰ ਅਤੇ ਉੱਥੇ ਬਸ ਮਾਲ ਗਏ ਉੱਥੇ ਤਾਂ ਨੋਰਮਲ ਐਵੇਂ ਹੀ ਸੀ ਦੋਸਤਾਂ ਨੂੰ ਆਏ ਤਾਂ 4-5 ਦਿਨਾਂ ਲਈ ਸੀਗੀ ਉਸ ਤੋਂ ਬਾਅਦ ਹੈਲੋਵੀਨ 'ਤੇ ਰੁਕ ਗਏ ਬਿਕੋਜ਼ ਉਹਨਾਂ ਨੂੰ ਫੋਰਸ ਕੀਤਾ ਵੀ ਇੱਥੇ ਹੈਲੋਵੀਨ ਬਹੁਤ ਵਧੀਆ ਹੁੰਦੀ ਹੈ ਰਿਟਰਨ ਟਿਕਟ ਲੈ ਕੇ ਆਇਆ ਸੀਗਾ ਗਿਆ 22 ਅਕਤੂਬਰ ਨੂੰ ਮੈਂ ਆਉਣਾ ਸੀ ਵਾਪਸ 29 ਨੂੰ ਅਤੇ 1 ਨਵੰਬਰ ਨੂੰ ਇਹਦਾ ਬਰਥਡੇ ਹੁੰਦਾ ਤਰਨਜੋਤ ਦਾ ਅਤੇ ਉੱਦਾਂ ਹੀ ਬਸ ਮੇਰੇ ਨਾਲ ਦੇ ਕਹਿਣ ਲੱਗ ਗਏ ਕਹਿੰਦੇ ਛੱਡ ਕੀ ਜਾਣਾ ਉੱਥੇ ਉਹ ਮਜ਼ਾਕ 'ਚ ਹੀ ਕਹੀ ਗਏ ਮੈਂ ਕਿਹਾ ਵੀ ਤੁਸੀਂ ਮੈਨੂੰ ਇੰਨਾ ਨਾ ਕਹੋ ਮੈਂ ਸੱਚੀ ਰਹਿ ਪੈਣਾ ਹੈਗਾ ਨੂੰ ਹੈਲੋਵੀਨ 'ਤੇ ਚਲੇ ਗਏ ਫਿਰ ਇਹਦਾ ਬਰਥਡੇ ਸੀਗਾ ਰਾਤ ਨੂੰ ਉੱਦਾਂ ਹੀ ਇਹਨੂੰ ਮੈਂ ਫੋਨ ਕੀਤਾ ਵਿਸ਼ ਕਰਨ ਲਈ ਰਾਤ ਨੂੰ 12 ਵਜੇ ਮੈਨੂੰ ਫੋਨ ਕੀਤਾ ਇਹਨਾਂ ਨੇ ਕਹਿੰਦੇ ਹੈਪੀ ਬਰਥਡੇ ਕਿਵੇਂ ਆ ਤੂੰ ਸਕਾਈ ਟ੍ਰੇਨ 'ਚ ਸੀਗਾ ਅਤੇ ਉਹ ਸਕਾਈ ਟ੍ਰੇਨ 'ਚ ਨਾ ਬੋਲਦੇ ਆ ਵੀ ਟ੍ਰੇਨ ਇੱਥੋਂ ਇੱਥੇ ਜਾ ਰਹੀ ਆ ਅਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਆਵਾਜ਼ ਸੁਣੀ ਪਿੱਛੇ ਮੈਂ ਕਿਹਾ ਤੁਸੀਂ ਗਏ ਨਹੀਂ ਹੈਗੇ ਵਾਪਸ ਉਹ ਹੁਣ ਇੱਥੇ ਸਰੀ ਵਾਲੇ ਸ਼ਹਿਰ ਸੀਗੇ ਮੈਨੂੰ ਤਾਂ ਇੰਨਾ ਪਤਾ ਨਹੀਂ ਸੀ ਉਦੋਂ ਕਹਿੰਦੇ ਨਹੀਂ ਮੈਂ ਚੱਲ ਗਿਆ ਇਹਨਾਂ ਨੇ ਮੈਨੂੰ ਕਨਵਿੰਸ ਕੀਤਾ ਕਹਿੰਦੇ ਮੈਂ ਚੱਲ ਗਿਆ ਮੈਂ ਥੋੜ੍ਹੀ ਬਹੁਤ ਤਾਂ ਹੋਈ ਪਰ ਫਿਰ ਵੀ ਮੈਨੂੰ ਸ਼ੱਕ ਸੀਗਾ ਮੈਂ ਕਹਿੰਦੀ ਇਹ ਇੱਥੇ ਨੇ ਅਤੇ ਮੈਂ ਗਿਆ ਨਹੀਂ ਸੀਗਾ ਫਿਰ ਅਗਲੇ ਦਿਨ ਇਹਦੀ ਜਿਹੜੀ ਫਰੈਂਡ ਆ ਬਵਜੋਤ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਉਹਦੇ ਲਈ ਕੇਕ ਲਿਆ ਗਾ ਉਹ ਮੈਨੂੰ ਮੌਲ ਲੈ ਗਈ ਕਹਿੰਦੀ ਵੀ ਚੱਲ ਉੱਥੇ ਜਾ ਕੇ ਨਾ ਆਪਾਂ ਥੋੜ੍ਹੀ ਬਹੁਤ ਸ਼ੋਪਿੰਗ ਕਰਦੇ ਹਾਂ ਨਾਲੇ ਵੀ ਖਾ ਪੀ ਆਉਂਦੇ ਹੈਗੇ ਮੈਂ ਕਿਹਾ ਓਕੇ ਚੱਲ ਠੀਕ ਆ ਉਦੋਂ ਵੀ ਮੈਂ ਵੀ ਉਦੋਂ ਵੀ ਫਿਰ ਵੀ ਮੈਂ ਸ਼ੱਕੀ ਨੇ ਕਹਿਣਾ ਦੇਖ ਲੱਭ ਰਹੀ ਸੀ ਮੈਂ ਕਿਹਾ ਓਕੇ ਸ਼ਾਇਦ ਆਉਣਾ ਹੋਣਾ ਕਿਸੇ ਨੇ ਜਦੋਂ ਮੈਂ ਅਗਲੇ ਦਿਨ ਕੇਕ ਲੈ ਕੇ ਗਿਆ ਅਤੇ ਉਹ ਅੱਗਿਓਂ ਜਾ ਕੇ ਵੀ ਨਹੀਂ ਮੈਨੂੰ ਤਾਂ ਪਹਿਲੀ ਪਤਾ ਲੱਗ ਗਿਆ ਸੀ ਮੈਂ ਕਿਹਾ ਵੀ ਉਹ ਕਿਵੇਂ ਉਹ ਕਹਿੰਦੇ ਜਦੋਂ ਫੋਨ ਕੀਤਾ ਬਰਥਡੇ ਵਿਸ਼ ਕਰਨ ਲਈ ਕਹਿੰਦੇ ਵਿੱਚ ਪਿੱਛੇ ਤਾਂ ਸਕਾਈ ਟ੍ਰੇਨ ਬੋਲੀ ਜਾਂਦੀ ਸੀਗੀ ਕੇਕ ਵਗੈਰਾ ਕੱਟਿਆ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਓਕੇ ਵੀ ਬੰਦੇ ਨੇ ਐਫਰਟਸ ਪਾਏ ਨੇ ਫਿਰ ਵੀ ਰਹਿਣ ਲਈ ਚਲੋ ਥੋੜ੍ਹਾ ਬਹੁਤ ਉਦੋਂ ਹੋਇਆ ਵੀ ਖਾਸ ਲੱਗ ਰਿਹਾ ਥੋੜ੍ਹਾ ਬਹੁਤ You walked into the room I couldn't keep my eyes off of you Was it make-believe or was it a dream I've been waiting all my life Feels like I've struck a gold mine With your hand in mine Our love came alive We've still got the rest of our ਅਤੇ ਸਰਪ੍ਰਾਈਜ਼ ਕੀਤਾ ਫਿਰ ਮੈਂ ਗਿਆ ਨਹੀਂ ਵਾਪਸ ਅਤੇ ਉੱਥੇ ਰੁਕ ਗਿਆ ਮੈਂ ਮਾਮਾ ਜੀ ਹੁਣਾਂ ਕੋਲ ਉੱਥੇ ਫਰੈਂਡ ਸੀਗੇ ਉਹਨਾਂ ਕੋਲ ਰਹਿਣ ਲੱਗ ਗਿਆ ਚਲੋ ਕੰਮ ਲੱਭ ਲਿਆ ਉੱਥੇ ਵੀ ਕੰਮ ਕਰਨ ਲੱਗ ਗਏ ਫਿਰ ਫੋਨ 'ਤੇ ਗੱਲਬਾਤ ਹੋ ਜਾਂਦੀ ਹੁੰਦੀ ਸੀ ਕਦੇ ਕਦਾਈ ਮਿਲ ਵੀ ਲੈਂਦੇ ਹੁੰਦੇ ਸੀ ਸਾਰੇ ਜਾਣੇ ਮਿਲਦੇ ਹੁੰਦੇ ਸੀ ਪਰ ਬਾਪਚੋਤ ਵੀ ਹੁੰਦੀ ਸੀ ਨਾਲ ਉੱਧਰੋਂ ਨਵੀਂ ਹੁੰਦਾ ਸੀ ਅਸੀਂ ਚਾਰੋਂ ਜਾਣੇ ਕਿਤੇ ਖਾਣ ਪੀਣ ਚਲ ਜਾਂਦੇ ਜਾਂ ਬੈਠ ਜਾਂਦੇ ਇਕੱਠੇ Stay.
ਉਦੋਂ ਫਿਰ ਉੱਥੇ ਚਾਈਨਾ 에ਅਰਪੋਰਟ ਤੇ ਮੈਨੂੰ ਲੱਗਦਾ ਫਲਾਈਟ ਡਿਲੇ ਹੋ ਗਈ 8-9 ਘੰਟਿਆਂ ਦੀ ਸੀਗੀ ਚਾਈਨਾ ਦੇ ਵਿੱਚ, ਉੱਥੇ ਫਿਰ ਟਾਈਮ ਪਾਸ ਕਰਨ ਲਈ ਹੋਰ ਕੋਈ ਹੈ ਨਹੀਂ ਸੀ, ਫਿਰ ਉੱਥੇ ਇੰਟਰਨੈਟ ਚੱਲ ਪਿਆ ਤੇ ਉਦੋਂ ਅਸੀਂ ਗੱਲ ਕੀਤੀ ਕਾਫੀ ਟਾਈਮ, ਫਿਰ ਇਹਨਾਂ ਨੂੰ ਫੋਨ ਕੀਤਾ ਵੀ ਮੈਂ ਬੋਰ ਹੋ ਰਹੀ ਹਾਂ, ਸੀਰੀਅਸ ਸੀਰੀਅਲ ਦੇਖੇ ਬਟ ਇੰਨਾ ਕਿੱਥੇ ਟਾਈਮ ਪਾਸ ਹੁੰਦਾ 8-9 ਘੰਟੇ, ਮੈਨੂੰ ਲੱਗਦਾ ਸ਼ਾਇਦ 1-1.5 ਘੰਟਾ ਅਸੀਂ ਉਦੋਂ ਗੱਲ ਕਰੀ ਗਏ, ਫਿਰ ਮੈਂ ਚੱਲ ਦੀਦੀ ਵਿਆਹ ਦੇ ਵਿੱਚ ਆ ਗਈ, ਬਿਜ਼ੀ ਸੀ ਫਿਰ ਨਹੀਂ ਗੱਲਬਾਤ ਹੋਈ, ਬਟ ਥੋੜ੍ਹੀ ਬਹੁਤ ਫਿਰ ਇਹ ਸਨੋਅ ਦੀਆਂ ਫੋਟੋਆਂ ਭੇਜਦੇ ਹੁੰਦੇ ਸੀ ਵੀ ਇੱਥੇ ਹੁਣ ਇੰਨੀ ਸਨੋਅ ਪੈ ਗਈ, ਇੱਦਾਂ ਥੋੜ੍ਹੀ ਬਹੁਤ ਗੱਲ ਕੰਟੀਨਿਊ ਮਤਲਬ ਚੱਲੀ ਗਈ ਵਿੱਚ, ਬ੍ਰੇਕ ਨਹੀਂ ਪਈ। ਜਦੋਂ ਮੈਂ ਗਈ ਵਾਪਸ ਮੈਂ ਦਸੰਬਰ ਦੇ ਮਿਡਲ 'ਚ ਚੱਲ ਗਈ ਸੀਗੀ, ਉਸ ਤੋਂ ਬਾਅਦ ਜਦੋਂ ਵੀ ਮਤਲਬ ਮੈਂ ਕੰਮ ਤੋਂ ਜਿਵੇਂ ਕੰਮ ਤੋਂ ਘਰੇ ਆਉਂਦਾ ਹੁੰਦਾ ਸੀ ਸ਼ਾਮ ਨੂੰ ਮਿਲ ਪੈਣਾ, ਜਿਵੇਂ ਕਈ ਵਾਰ ਸੁਬਹਾ ਉੱਠ ਕੇ ਛੱਡ ਵੀ ਆਉਂਦੇ ਹੁੰਦੇ ਸੀ ਕੰਮ 'ਤੇ ਵੀ, ਓਕੇ ਚੱਲ ਤੂੰ ਕਿੱਥੇ ਜਾਏਂਗੀ, ਬੱਸ 'ਤੇ ਟ੍ਰੇਨ 'ਤੇ ਵੀ, ਓਕੇ ਮੈਂ ਤੈਨੂੰ ਛੱਡ ਆਉਣਾਗਾ, ਅਤੇ ਮੋਸਟਲੀ ਕੀ ਹੁੰਦਾ ਸੀਗਾ ਮਤਲਬ ਮੈਂ ਮਿਲਦਾ, ਮੈਨੂੰ ਮਤਲਬ ਕਿ ਬਾਹਲਾ ਆਹ ਜਿਵੇਂ ਸ਼ੌਂਕ ਜਿਹਾ ਨਹੀਂ ਹੈਗਾ ਇੰਨਾ ਵੀ ਵਾਲ ਵਾਹ ਕੇ ਐਵਰੀ ਟਾਈਮ ਹੈ ਜਿਵੇਂ ਵੀ ਸੈੱਟ ਬੈੱਟ ਜਿਹੇ ਹੋ ਕੇ ਰਹਿਣ ਦਾ, ਦੈਨ ਕੰਮ ਤੋਂ ਲੈ ਆਉਂਦੇ ਸੀ, ਕੰਮ ਤੋਂ ਬਾਅਦ ਕਈ ਵਾਰ ਅਸੀਂ ਬਾਹਰੋਂ ਬਾਹਰ ਹੀ ਚਲ ਜਾਂਦੇ, ਘਰੇ ਵੀ ਨਹੀਂ ਜਾਂਦੇ ਹੁੰਦੇ। ਇੱਕ ਦਿਨ ਕੀ ਹੋਇਆ ਮੈਂ ਕੰਮ 'ਤੇ ਚੱਲ ਗਿਆ ਇਹਦੇ, ਅਤੇ ਜਦੋਂ ਮੈਂ ਗਿਆ ਮੈਂ ਉਦਨੇ ਬਸ ਕੁਦਰਤੀ ਹੋਈ ਉਈ ਵੀ ਤਿਆਰ ਤੂਰ ਹੋ ਕੇ ਵੱਗ ਗਿਆ, ਅਤੇ ਇਹ ਸਾਹਮਣੋਂ ਆਵੇ ਤੁਰੇ ਅਤੇ ਮੈਂ ਇੱਧਰੋਂ ਤੁਰਿਆ ਜਾਵਾਂ, ਪਛਾਣਿਆ ਹੀ ਨਹੀਂ, ਅਸੀਂ ਲੰਘ ਗਈ ਕੋਲ ਦੀ ਸਿੱਧਾ ਹੀ ਮੇਰੇ, ਸੱਚ ਮੈਂ ਬੁਲਾਇਆ, ਮੈਂ ਕਿਹਾ ਵੀ ਮੈਂ ਹੀ ਹੈਗਾ, ਇਹਦੀ ਪਛਾਣ 'ਚ ਹੀ ਨਹੀਂ ਆਉਂਦਾ। ਤਾਂ ਅਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਵੀ ਯਾਰ ਇੱਦਾਂ ਕਰਦੇ ਹਾਂ ਆਪਾਂ ਵੀ ਬਾਅਦ 'ਚੋਂ ਘਰ ਦੇ ਨਹੀਂ ਮੰਨਦੇ ਮੰਨਦੇ ਹੁੰਦੇ, ਪਹਿਲਾਂ ਆਪਾਂ ਘਰ ਹੀ ਦੱਸ ਲੈਂਦੇ ਹਾਂ, ਆਪਾਂ ਫਿਰ ਹੀ ਸਟਾਰਟ ਕਰ ਲਾਂਗੇ ਇਹ ਕਿੱਸਾ ਸਾਰਾ। ਤਾਂ ਮੈਨੂੰ ਇੱਦਾਂ ਸੀਗਾ ਵੀ ਮੈਂ ਛੇਤੀ ਛੇਤੀ ਵੀ ਕਿਸੇ ਮੁੰਡੇ ਹਾਂ ਨਹੀਂ ਕਰੂੰਗੀ, ਜਦੋਂ ਮੈਂ ਮਿਲੀ ਮੈਨੂੰ ਇਹ ਵਧੀਆ ਲੱਗੇ ਜਿਸ ਹਿਸਾਬ ਦਾ ਨੇਚਰ ਸੀਗਾ, ਜਿਵੇਂ ਇਹ ਮਤਲਬ ਜਿੱਦਾਂ ਜਿੱਦਾਂ ਦੀ ਚੀਜ਼ ਮੈਂ ਕਹਾਂ ਵੀ ਇੱਕ ਮੈਚ ਆਉਂਦੀ ਸੀ ਮੁੰਡੇ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਸੀਗੀਆਂ। ਅਤੇ ਫਿਰ ਅਸੀਂ ਘਰੇ ਤਾਂ ਨਹੀਂ ਖੈਰ ਗੱਲ ਕੀਤੀ ਹਜੇ, ਫਿਰ ਓਕੇ ਸੋਚਿਆ ਵੀ ਚਲੋ ਕਿ ਲੈਟਸ ਗਿਵ ਟਾਈਮ, ਹੈ ਨਾ ਵੀ ਦੇਖਦੇ ਆਪਸ 'ਚ ਨਿਭਦੀ ਵੀ ਹੈ ਜਾਂ ਨਹੀਂ ਨਿਭਦੀ। ਥੋੜ੍ਹੇ ਟਾਈਮ ਬਾਅਦ ਹੀ ਮੈਨੂੰ ਲੱਗਦਾ 1-2 ਮਹੀਨਿਆਂ ਬਾਅਦ ਹੀ ਮੈਂ ਮੋਮ ਡੈਡ ਉਹਨਾਂ ਨੂੰ ਦੱਸਤਾ, ਮੋਮ ਡੈਡ ਕਹਿੰਦੇ ਵੀ ਜਿਵੇਂ ਤੁਹਾਨੂੰ ਲੱਗਦਾ, ਮੈਨੂੰ ਫੋਟੋ ਦਿਖਾਈ, ਮੰਮੀ ਨੂੰ ਕਹਿੰਦੇ ਵੀ ਇੱਦਾਂ ਕਰਕੇ ਆਹ ਕੁੜੀ ਮੈਨੂੰ ਪਸੰਦ ਆ ਵੀ ਦੇਖ ਲਓ ਤੁਸੀਂ ਵੀ ਕਿੱਦਾਂ ਕਰਨਾ ਗਾ। ਫਿਰ ਉਦੋਂ ਤੱਕ ਵੀ ਮੈਂ ਹਲੇ ਇੰਨੀ ਨਹੀਂ ਸੀਗੀ ਵੀ ਹਾਂ ਮੈਂ ਕਹਿੰਦਾ ਵੀ ਓਕੇ ਵੀ ਮੈਂ ਫੋਲ ਇਨ ਲਵ ਹਾਂ, ਹਲੇ ਵੀ ਨਹੀਂ ਸੀਗਾ। 3-4 ਮਹੀਨਿਆਂ ਬਾਅਦ ਫਿਰ ਮੈਨੂੰ ਮੇਰੇ ਘਰ ਦੇ ਪੁੱਛਾਂ ਕਿ ਮੰਮੀ ਵੀ ਉੱਦਾਂ ਇੱਕ ਮੁੰਡਾ ਮੇਰੀ ਨਿਗਾਹ 'ਚ ਵੀ ਹੈ, ਅਤੇ ਉਹ ਕਹਿੰਦੇ ਵੀ ਠੀਕ ਆ, ਉਹਦੇ ਮੋਮ ਨੇ ਮੇਰੇ ਨਾਲ ਗੱਲ ਕੀਤੀ। Oh, 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 oh
ਨਾ ਇੱਥੇ ਇੰਡੀਆ ਹੁੰਦਾ ਸੀਗਾ, ਮੈਨੂੰ ਘਰਦਿਆਂ ਨੇ ਐਂ ਕਹਿਣਾ ਵੀ ਯਾਰ ਵੀ ਤੈਨੂੰ ਤਾਂ ਵੀ ਤੇਰਾ ਪਾਰਟਨਰ ਵੀ ਕੋਈ ਠੰਡੇ ਸੁਭਾਅ ਦਾ ਹੀ ਲੱਭਣਾ ਪੈਣਾ ਵੀ, ਕਿਉਂਕਿ ਤੇਰਾ ਵੀ ਤੂੰ ਤਾਂ ਲੜ ਪੈਂਦਾ ਉਹਦੀ ਮਿੰਟ 'ਚ ਮਾੜੀ ਜਿਹੀ ਗੱਲ 'ਤੇ, ਜਿਵੇਂ ਇਹ ਕਰਦੇ ਸੀ ਓਕੇ ਥੋੜ੍ਹਾ ਜਿਹਾ ਤੁਹਾਨੂੰ ਸਪੈਸ਼ਲ ਜਿਹਾ ਫੀਲ ਕਰਾਉਣਾ, ਕਦੇ ਐਂ ਸਰਪ੍ਰਾਈਜ਼ ਦੇਣੇ ਨਾ ਕੰਮ 'ਤੇ ਆ ਜਾਣਾ ਬਿਨਾਂ ਦੱਸੇ, ਉੱਦਾਂ ਦੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਸੀਗੀਆਂ ਵੀ ਕੋਈ ਬੰਦਾ ਦੇਰ ਰਾਤ ਵੀ ਬੁਲਾਓ ਉਹੀ ਮਿਲਣ ਆ ਜਾਣਾ, ਉਹ ਚੀਜ਼ਾਂ ਦੀਆਂ ਜਿਹੜੇ ਨਵੇਂ ਨਵੇਂ ਪਿਆਰ ਜਿਹੇ 'ਚ ਵਧੀਆ ਲੱਗਦੇ ਹੁੰਦੇ ਨੇ ਉਹ ਸਾਰੀਆਂ ਸੀਗੀਆਂ। ਸੁਭਾਅ ਹੈ ਸੱਚ ਵਧੀਆ ਹੈਗਾ, ਕਦੇ ਇੱਦਾਂ ਜੱਜ ਕਰਨ ਦੀ ਲੋੜ ਹੀ ਨਹੀਂ ਪਈ ਹੈਗੀ ਇੱਕ ਦੂਜੇ ਨੂੰ, ਲੱਗਦਾ ਵੀ ਪਹਿਲਾਂ ਦੀ ਜਿਵੇਂ ਜਾਣਦੇ ਹੁੰਦੇ ਆ। ਗਾਣਿਆਂ 'ਚ ਨਹੀਂ ਸੁਣਦੇ ਹੁੰਦੇ ਜਾਂ ਮੂਵੀਆਂ 'ਚ ਵੀ ਹਾਂ ਵੀ ਉੱਥੇ ਕੋਈ ਮਿਲਿਆ, ਉਹ ਆਪਦੇ ਆਪ ਨੂੰ ਸਟ੍ਰੇਂਜ ਜਿਹਾ ਲੱਗਦਾ ਹੁੰਦਾ ਹੈ, ਜਿਵੇਂ ਕਈ ਹੁੰਦਾ ਨਹੀਂ ਵੀ ਸਟ੍ਰੇਂਜਰ ਸੀਗੇ ਵੀ ਜਮੀ ਨਹੀਂ ਬੋਲਦੇ ਸੀ ਜਾਂ ਜਾਣਦੇ ਨਹੀਂ ਸੀਗੇ, ਵੀ ਉਸ ਤੋਂ ਬਾਅਦ ਇੱਕਦਮ ਇੰਨਾ ਕੁਛ ਹੋ ਗਿਆ ਵੀ ਹਾਂ ਵਿਆਹ ਵੀ ਹੋ ਗਿਆ ਸਾਰਾ ਕੁਛ ਹੋ ਗਿਆ। ਜੋ ਵੀ ਮੈਂ ਸੋਚਿਆ ਸੀ ਉਹ ਸਾਰਾ ਕੁਝ ਉਵੇਂ ਉਵੇਂ ਹੋਇਆ, ਸੋ ਆਈ ਫੀਲ ਲਾਈਕ ਕਿ ਵੀ ਮੇਰੀ ਫੇਰੀ ਟੇਲ ਸੀ ਜਿਹੜੀ ਅਤੇ ਮੇਰਾ ਜਿਹੜਾ ਡ੍ਰੀਮ ਸੀ ਦੈਟ ਕਮ ਟਰੂ, ਸੋ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ। ਉਹ ਫਿਰ ਸੱਚ ਜੀਆਂ ਲੱਗਣ ਲੱਗ ਗਈਆਂ ਉਹ ਚੀਜ਼ਾਂ ਵੀ ਹਾਂ ਐਂ ਵੀ ਕੋਈ ਮਿਲ ਜਾਂਦਾ ਹੁੰਦਾ ਗਾ, ਵੀ ਓਕੇ ਬੰਦਾ ਲੱਭਦਾ ਰਹਿੰਦਾ ਜਦੋਂ ਕਿਸੇ ਨੇ ਮਿਲਣਾ ਗਾ ਵੀ ਉਹ ਐਂ ਜਿੱਥੇ ਐਂ ਸੋਚਿਆ ਜਾ ਹੀ ਨਹੀਂ ਹੁੰਦਾ, ਹੁਣ ਜਾਣਦੇ ਤਾਂ ਇੰਨੇ ਸਾਲਾਂ ਦੇ ਸੀਗੇ ਕਦੇ ਐਂ ਕੋਈ ਫੀਲਿੰਗ ਹੀ ਨਹੀਂ ਸੀਗੀ ਇਹ ਚੀਜ਼ ਬਾਰੇ ਵੀ। ਸਟਿਲ ਕਾਂਟ ਗੈਟ ਓਵਰ ਵੀ ਹੈ ਨਾ ਵੀ ਸਭ ਕੁਝ ਹੋ ਗਿਆ, ਸਭ ਕੁਝ ਮਿਲ ਗਿਆ, ਫੈਮਿਲੀ ਵੀ ਬਹੁਤ ਵਧੀਆ ਮਿਲੀ, ਘਰ ਵਾਲਾ ਵੀ ਬਹੁਤ ਵਧੀਆ ਮਿਲ ਗਿਆ, ਐਵਰੀਥਿੰਗ ਮਤਲਬ ਪਰਫੈਕਟ ਆ ਸੋ ਫਾਰ, ਸੋ ਆਈ ਜਸਟ ਲਵ ਇਟ।